ਤੁਸੀਂ ਵੇਖ ਰਹੇ ਹੋ ਸਿੱਧੂ ਮੂਸੇਵਾਲੇ ਦੀ ਪਹਿਲੀ ਬਾਰਿਸ਼ ਦੀਆਂ ਲਾਈਵ ਤਸਵੀਰਾਂ। ਮਾਨਸਾ ਮੰਡੀ ਦੇ ਵਿੱਚ ਇਹ ਜਿਹੜੀ ਸਿੱਧੂ ਮੂਸੇਵਾਲੇ ਦੀ ਬਾਰਿਸ਼ ਹੈ ਇਹ ਮਨਾਈ ਜਾ ਰਹੀ ਹੈ। ਤੁਸੀਂ ਵੇਖ ਰਹੇ ਹੋ ਕਿ ਲੋਕ ਪੂਰੇ ਉਤਸ਼ਾਹ ਦੇ ਨਾਲ ਸਿੱਧੂ ਨੂੰ ਪਿਆਰ ਕਰਨ ਵਾਲੇ ਫੈਨਸ ਨੇੜੇ ਪਿੰਡਾਂ ਦੇ ਪਹਿਲਾਂ ਹੀ ਆ ਕੇ ਤੇ ਪਿੰਡ ਦੇ ਲੋਕ ਸਾਰੇ ਸੇਵਾ ਕਰ ਰਹੇ ਨੇ। ਸਾਡਾ ਜ਼ਿਲ੍ਹਾ ਹੀ ਖਤਮ ਹੋ ਗਿਆ ਜੀ। ਬਹੁਤ ਇਹਨਾਂ ਨੇ ਰੁਜ਼ਗਾਰ ਬਹੁਤ ਦੇਣਾ ਸੀ ਸਾਡੇ ਜ਼ਿਲ੍ਹੇ ਨੂੰ, ਨੌਜਵਾਨਾਂ ਮੁੰਡਿਆਂ ਨੂੰ ਨਾਲ ਜੋੜਦਾ ਸੀਗਾ ਬਹੁਤ, ਪਰ ਇਹਦਾ ਕਰਕੇ ਸਾਨੂੰ ਬਹੁਤ ਹੀ ਜ਼ਿਆਦਾ ਘਾਟਾ ਪਿਆ ਜੀ। ਇਹ ਗੱਲ ਅਫਸੋਸ ਬਹੁਤ ਜ਼ਿਆਦਾ ਹੈ ਸਾਨੂੰ ਜੀ, ਦਿਨ ਰਾਤ ਇਹਦੇ ਅਫਸੋਸ 'ਚ ਹੀ ਡੁੱਬੇ ਰਹਿੰਦੇ ਹਾਂ। ਪਰ ਇਹਦੇ ਬਾਅਦ ਸਾਨੂੰ ਬਹੁਤ ਹੀ ਘਾਟਾ, ਬਹੁਤ ਹੀ ਜ਼ਿਆਦਾ ਨਵੀਂ ਪੀੜ੍ਹੀ ਨੂੰ ਬਹੁਤ ਘਾਟਾ ਪਿਆ ਜੀ। ਭਾਈ ਸਿੱਧੂ ਮੂਸੇਵਾਲੇ ਨੇ ਚੋਣ ਲੜੀ ਹੈ, ਉਹ ਤੋਂ ਬਾਅਦ ਦਫ਼ਤਰ ਇੰਚਾਰਜ ਸੀਗਾ। ਬਹੁਤ ਦੁੱਖ ਦੀ, ਬਹੁਤ ਦੁੱਖ ਹੈ ਜੀ। ਕਿੱਥੇ ਦਾ ਸੀ, ਉਹਦੇ ਵਿਆਹ 'ਤੇ ਇਕੱਠੇ ਹੋਣਾ ਸੀ, ਹੁਣ ਉਹਦੀ ਵਿਆਹ ਦੇ ਪ੍ਰੋਗਰਾਮ ਚੱਲ ਰਹੇ ਸੀ, ਉਹਦੇ ਵਿਆਹ 'ਤੇ ਇਕੱਠੇ ਹੋਣਾ ਸੀ, ਅਤੇ ਕਿੱਥੇ ਆ ਅਣਭਾਗੀ ਐਡੀ ਘਟਨਾ ਵਾਪਰੀ ਹੈ, ਉਹਦੇ ਉੱਤੇ ਸਾਨੂੰ ਇਕੱਠਾ ਹੋਣਾ ਪੈ ਰਿਹਾ। ਹੁਣ ਸਰਕਾਰਾਂ ਨੇ ਦੇਖੋ ਇਨਸਾਫ਼ ਨਹੀਂ ਦਿੱਤਾ ਹੁਣ ਤੱਕ ਸਾਡੇ ਵੀਰ ਨੂੰ, ਪਰਿਵਾਰ ਨੂੰ ਇਨਸਾਫ਼ ਨਹੀਂ ਮਿਲਿਆ। ਬਾਈ ਬਰਕੌਰ ਸਿੰਘ, ਮਾਤਾ ਚਰਨ ਕੌਰ ਜੀ, ਸਾਰੀ ਪਬਲਿਕ ਵੀ ਚਾਹੁੰਦੀ ਹੈ ਵੀ ਇਨਸਾਫ਼ ਮਿਲੇ, ਪਰ ਨਹੀਂ, ਸਰਕਾਰ ਵੱਲੋਂ ਕੋਈ ਇਨਸਾਫ਼ ਦੀ ਹਾਲੇ ਕੋਈ ਗੱਲ ਨਹੀਂ ਚੱਲ ਰਹੀ। ਕਿਉਂਕਿ ਮੈਂ ਬਹੁਤ ਨਿੱਜੀ ਰਿਹਾ, ਅਸੀਂ ਇੱਕ ਟਾਈਮ ਇਕੱਠੀ ਰਹਿੰਦੇ ਸੀ ਗੱਡੀ 'ਚ, ਬਾਰਾਂ ਬਾਰਾਂ ਇੱਕ ਇੱਕ ਵੱਜਾਂ ਦਾ ਸਾਨੂੰ ਰਾਤ ਨੂੰ, ਉਹਦੀ ਇੱਕੋ ਹੀ ਗੱਲ ਕਹਿੰਦਾ ਹੁੰਦਾ ਸੀ ਵੀ ਯਾਰ ਮੇਰਾ ਹਲਕੇ ਲਈ ਨਾ, ਮਾਨਸਾ ਲਈ ਕੁਛ ਕਰਨ ਨੂੰ ਬੜਾ ਦਿਲ ਕਰਦਾ। ਮੈਂ ਇੱਥੇ ਲੋਕ ਕਹਿੰਦੇ ਵੀ ਅਸੀਂ ਜਦੋਂ ਪਿੰਡਾਂ 'ਚ ਜਾਂਦੇ ਮੰਗਾਂ ਕਰਦਾ, ਕਹਿੰਦੇ ਆਪਣੇ ਲੋਕ ਇਹਨਾਂ ਗੱਲਾਂ 'ਚ ਹੀ ਉਲਝੇ ਪਏ ਨੇ ਵੀ ਮੇਰਾ ਕੰਮ ਹੈ ਵੀ ਮੈਂ ਸਿੱਖਿਆ ਨੂੰ, ਸਿਹਤ ਨੂੰ, ਸਿਹਤ ਸਹੂਲਤਾਂ ਨੂੰ ਲੈ ਕੇ ਮੈਂ ਉੱਚਾ ਚੱਕਾਂ। ਮੇਰਾ ਉਹਦਾ ਉਹਨਾਂ ਨੂੰ ਇਹ ਸੀ ਵੀ ਮੇਰੇ ਬਾਹਰ ਐਡੇ ਐਡੇ ਲਿੰਕ ਨੇ, ਮੈਂ ਕਿਸੇ ਐਨ ਜੀ ਓ ਨੂੰ ਕਹਿ ਦਾਂ ਵੀ ਸਾਨੂੰ 2 ਮਿਲੀਅਨ 4 ਮਿਲੀਅਨ ਭੇਜੋ, ਤਾਂ ਆਪਣੇ ਕਹਿੰਦੇ ਐਡੇ ਵੱਡੇ ਹੋਸਪਿਟਲ ਐਡੇ ਵੱਡੇ ਖੜ੍ਹੇ ਕਰ ਲਈਏ ਆਪਾਂ ਸਿੱਖਿਆ ਲਈ ਜਾਂ ਸਿਹਤ ਸਹੂਲਤਾਂ ਲਈ ਵੀ, ਪਰ ਇਹ ਹੋ ਨਹੀਂ ਸਕਿਆ। ਕਾਰਨ ਕੀ ਸੀ, ਕੁਛ ਸਾਡੇ ਵੀ ਹਲਕੇ ਵਿੱਚ ਵੀ ਘਾਟਾ ਸੀ, ਜੋ ਅਸੀਂ ਹੀਰਾ ਗਵਾ ਲਿਆ ਐਡਾ ਵੱਡਾ, ਪਹਿਲਾਂ ਹੀਰੇ ਨੂੰ ਹਰਾਇਆ ਫਿਰ ਗਵਾ ਲਿਆ ਉਹਨਾਂ ਨੂੰ। ਜੇ ਇਕੱਠ ਕਰਾਂਗੇ ਤਾਂ ਹੁਣ ਸਰਕਾਰ ਨੇ ਇੱਕ ਕੋਝੀਆਂ ਚਾਲਾਂ ਚੱਲਤੀਆਂ ਵੀ ਸਿੱਧੂ ਮੂਸੇਵਾਲੇ ਦੀ ਜੋ ਬਰਸੀ ਹੈ ਇਕੱਠ ਨਾ ਹੋਵੇ। ਅਸੀਂ ਤੁਹਾਡੇ ਮਾਧਿਅਮ ਰਾਹੀਂ ਲੋਕਾਂ ਨੂੰ ਹੱਥ ਜੋੜ ਕੇ ਬੇਨਤੀ ਕਰਦੇ ਹਾਂ, ਆਪਣੇ ਵੱਲੋਂ ਵੀ, ਸਿੱਧੂ ਪਰਿਵਾਰ ਵੱਲੋਂ ਵੀ, ਇਸ ਮਾਨਸਾ ਹਲਕੇ ਵੱਲੋਂ ਵੀ ਵੱਧ ਤੋਂ ਵੱਧ ਚੜ੍ਹ ਕੇ ਹਿੱਸਾ ਲੈਣ, ਵੱਧ ਤੋਂ ਵੱਧ ਚੜ੍ਹ ਕੇ ਇਕੱਠ ਦਿਖਾਉਣ, ਕਿਉਂਕਿ ਲੰਗਰਾਂ ਦੇ ਪ੍ਰਬੰਧ ਨੇ ਕਿਸੇ ਪ੍ਰਕਾਰ ਦਾ ਥੋੜ੍ਹ ਨਹੀਂ ਆਉਣ ਦਿੱਤੀ ਜਾਊਗੀ। ਇਹੋ ਜਿਹੇ ਹਿਸਾਬ ਕੀ ਪ੍ਰਬੰਧ ਕੀਤੇ ਗਏ ਨੇ ਪ੍ਰਬੰਧਕਾਂ ਵੱਲੋਂ ਵੀ ਵੱਧ ਤੋਂ ਵੱਧ ਚੜ੍ਹ ਕੇ ਹਿੱਸਾ ਲੈਣ ਬਰਸੀ 'ਤੇ ਆਉਣ। ਧੰਨਵਾਦ। ਵੀ ਇਹ ਝੂਠੀਆਂ ਅਫਵਾਹਾਂ ਫੈਲਾ ਰਹੇ ਨੇ, ਇਹ ਕਹਿ ਰਹੇ ਨੇ ਉੱਥੇ ਇੱਦਾਂ, ਇੱਥੇ ਇੱਦਾਂ, ਇਹਨਾਂ ਨੇ ਇੰਟਰਨੈਟ ਸੇਵਾਵਾਂ ਬੰਦ ਕਰ ਦਿੱਤੀਆਂ ਹੈਗੀਆਂ। ਅਸੀਂ ਦੇਖੋ ਸਟੇਜ ਦੇ ਕੋਲੇ ਖੜ੍ਹੇ ਹਾਂ, ਆਹ ਬੱਚਾ ਵੀ ਆਪਣੇ ਨਾਲ ਖੜਾ ਗਾ, ਇੱਥੇ ਇਹੋ ਜਿਹਾ ਕੋਈ ਗੱਲਬਾਤ ਨਹੀਂ ਜੋ ਸਰਕਾਰਾਂ ਇੱਥੇ ਇਕੱਠ ਹੋਣ ਤੋਂ ਰੋਕ ਰਹੀਆਂ। ਇਹ ਸਰਕਾਰਾਂ ਦੀਆਂ ਨਿਕੰਮੀਆਂ ਸਾਜ਼ਿਸ਼ਾਂ ਨੇ ਜੋ ਇਹ ਰਚ ਰਹੀਆਂ। ਰੋਕ ਕਿਉਂ ਰਹੀਆਂ? ਕਿਉਂਕਿ ਸਰਕਾਰ ਨੂੰ ਇਹ ਪਤਾ ਵੀ ਇੱਥੇ ਇਕੱਠ ਹੋ ਗਿਆ ਤਾਂ ਉਹਨਾਂ ਦੀ ਧੌਣ 'ਤੇ ਗੋਡਾ ਰੱਖਿਆ ਜਾਊਗਾ। ਸਾਰੇ ਮੇਰੇ ਵੀਰਾਂ ਨੂੰ, ਭੈਣਾਂ ਨੂੰ, ਭਰਾਵਾਂ ਨੂੰ ਹੱਥ ਬੰਨ ਕੇ ਬੇਨਤੀ ਆ ਪਰਿਵਾਰ ਕੋਲੋਂ, ਸਿੱਧੂ ਪਰਿਵਾਰ ਵੱਲੋਂ, ਸਾਡੇ ਵੱਲੋਂ ਵੀ ਬਾਈ ਜੀ ਇੱਥੇ ਵੱਧ ਤੋਂ ਵੱਧ ਪਹੁੰਚੋ। ਸਾਨੂੰ ਹੁਣੇ ਖਬਰ ਮਿਲੀ ਆ ਵੀ ਪੁਲਿਸ ਪ੍ਰਸ਼ਾਸਨ ਰਾਹ ਦੇ ਵਿੱਚ ਜੋ ਮੂਸੇ ਨੂੰ ਬਰਸੀ 'ਤੇ, ਬਾਈ ਸਿੱਧੂ ਦੀ ਬਰਸੀ 'ਤੇ ਭਰਾ ਭੈਣ ਵੀਰ ਆ ਰਹੇ ਨੇ ਉਹਨਾਂ ਨੂੰ ਰੋਕ ਰਹੀ ਆ ਹੱਥ ਬੱਲ ਕੇ। ਪ੍ਰਸ਼ਾਸਨ ਨੂੰ ਵੀ ਸਾਡੀ ਬੇਨਤੀ ਆ ਵੀ ਉਹਨਾਂ ਨੂੰ ਇੱਥੇ ਧਕਾਉਣ ਦਿਓ, ਕਿਉਂਕਿ ਸਰਕਾਰ ਇਹ ਮੰਨ ਕੇ ਚੱਲੋ ਵੀ ਬਰਸੀ ਨੂੰ ਇੱਕ ਫੇਲ ਕਰਨਾ ਚਾਹੁੰਦੀ ਹੈ ਵੀ ਇੱਥੇ ਇਕੱਠ ਨਹੀਂ ਹੋਣਾ ਚਾਹੁੰਦਾ, ਪਰ ਭਰਾਵਾਂ ਦੇ ਵਿੱਚ ਇੰਨਾ ਕੁ ਪਿਆਰ ਆ, ਮਾਤਾ ਭੈਣਾਂ ਦੇ ਸਾਰਿਆਂ ਦੇ ਵਿੱਚ ਇੰਨਾ ਕੁ ਪਿਆਰ ਆ ਵੀ ਇੱਥੇ ਵੱਧ ਤੋਂ ਵੱਧ ਪਹੁੰਚ ਰਹੇ ਨੇ, ਕਿਉਂਕਿ ਪਿਛਲੇ ਦਿਨਾਂ ਤੋਂ ਲੈ ਕੇ ਇੱਥੇ ਲੋਕ ਆ ਰਹੇ ਨੇ। ਪਰ ਅੱਜ ਸਾਨੂੰ ਖਬਰ ਸੁਣਨ ਨੂੰ ਮਿਲੀ ਆ ਵੀ ਪ੍ਰਸ਼ਾਸਨ ਆ ਜਿਹੜਾ, ਪ੍ਰਸ਼ਾਸਨ ਇੱਥੇ ਆਉਣ ਤੋਂ ਸਾਰਿਆਂ ਨੂੰ ਰੋਕ ਰਿਹਾ ਹੈਗਾ। ਕੋਈ ਇੱਦਾਂ ਦੇ ਮਾਹੌਲ ਪੈਦਾ ਕਰ ਰਿਹਾ ਹੈਗਾ। ਅਪੀਲ ਤਾਂ ਇਹੀ ਹੈ ਜੀ ਵੀ ਇੱਕ ਤਾਂ ਅਸੀਂ ਸਾਰੀ ਜਿੰਨੀ ਸੰਗਤ ਹੈ ਉਹਨਾਂ ਦੇ ਚਰਨਾਂ 'ਚ ਬੇਨਤੀ ਕਰਦੇ ਹਾਂ ਵੀ ਕੋਈ ਇੱਥੇ ਕਿਸੇ ਪ੍ਰਕਾਰ ਦਾ ਕੋਈ ਖਤਰਾ ਨਹੀਂ ਹੈ, ਕੋਈ ਰੋਕ ਟੋਕ ਨਹੀਂ ਹੈ। ਸਾਡੇ ਵੱਲੋਂ ਅਸੀਂ ਨੰਬਰ ਜਾਰੀ ਕੀਤੇ ਹੋਏ ਆ, ਰਸਤੇ 'ਚ ਕਿਸੇ ਨੂੰ ਕੋਈ ਪ੍ਰੋਬਲਮ ਆਉਂਦੀ ਹੈ ਸਾਡੀ ਟੀਮ ਵਾਲਿਆਂ ਨਾਲ ਤੁਸੀਂ ਗੱਲ ਕਰ ਸਕਦੇ ਹੋ। ਅਤੇ ਦੂਜਾ, ਅਸੀਂ ਪ੍ਰਸ਼ਾਸਨ ਨੂੰ ਚੇਤਾਵਨੀ ਦੇਣਾ ਚਾਹੁੰਦੇ ਹਾਂ ਜੇ ਕਿਤੇ ਤੁਸੀਂ ਇਹਨਾਂ ਨੂੰ ਰੋਕਿਆ ਜਿਹੜੇ ਕਿ ਸਿੱਧੂ ਦੇ ਇੱਥੇ ਆਪਣਾ ਬਰਸੀ 'ਤੇ ਆਉਣਾ, ਉਹਨਾਂ ਨੂੰ ਕੋਈ ਰਸਤੇ ਦੇ ਵਿੱਚ ਤਕਲੀਫ ਕੀਤੀ ਤਾਂ ਸਾਡੇ ਤੋਂ ਬੁਰਾ ਕੋਈ ਨਹੀਂ। ਕੱਲ੍ਹ ਨੂੰ ਅਸੀਂ ਕੋਈ ਕਦਮ ਚੱਕ ਲਿਆ ਫਿਰ ਸਾਡੇ 'ਤੇ ਤੁਸੀਂ ਇਹ ਇਲਜ਼ਾਮ ਨਾ ਲਾਇਓ ਵੀ ਤੁਸੀਂ ਮਾਹੌਲ ਖਰਾਬ ਕਰਦੇ ਹੋ। ਅਸੀਂ ਖੁੱਲ੍ਹੀ ਚੇਤਾਵਨੀ ਪੰਜਾਬ ਸਰਕਾਰ ਨੂੰ ਅਤੇ ਪੰਜਾਬ ਪੁਲਿਸ ਨੂੰ ਦੇਣਾ ਚਾਹੁੰਦੇ ਹਾਂ ਵੀ ਸਾਡਾ ਕਿਸੇ ਵੀ ਨਾਕੇ ਦੇ ਉੱਤੇ ਜਿਹੜਾ ਸਿੱਧੂ ਕੋਲ ਪਹੁੰਚਣਾ, ਜਿਹਨੇ ਸਿੱਧੂ ਦੀ ਇਸ ਲਾਸਟ ਜਿਹੜੀ ਆਪਾਂ ਕਹਿੰਦੇ ਹਾਂ ਅੰਤਿਮ ਵਿਦਾਈ ਹੈ ਉਹਦੇ ਵਿੱਚ ਪਹੁੰਚਣਾ, ਉਸ ਦੇ ਵਿੱਚ ਜੇ ਕੋਈ ਤੁਸੀਂ ਰੋਕਿਆ ਜਾਂ ਕਿਸੇ ਨੂੰ ਰੋਕਣ ਦੀ ਕੋਤਾਹੀ ਕੀਤੀ ਤਾਂ ਸਾਡੇ ਤੋਂ ਬੁਰਾ ਕੋਈ ਨਹੀਂ ਹੋਣਾ। ਅਸੀਂ ਕੋਈ ਵੀ ਫੈਸਲਾ ਇੱਥੋਂ ਸਟੇਜ ਤੋਂ ਲੈ ਲਾਂਗੇ। ਫਿਰ ਸਾਡੇ 'ਤੇ ਇਲਜ਼ਾਮ ਨਾ ਲਾਇਓ ਵੀ ਤੁਸੀਂ ਮਾਹੌਲ ਖਰਾਬ ਕਰਦੇ ਹੋ। ਮਾਹੌਲ ਜਾਣ ਬੁੱਝ ਕੇ ਪੰਜਾਬ ਸਰਕਾਰ ਕਰ ਰਹੀ ਹੈ। ਪੰਜਾਬ ਸਰਕਾਰ ਨੇ ਪਹਿਲਾਂ ਤਾਂ 2-3 ਤੋਂ 4 ਦਿਨ ਲਾਰੈਂਸ ਦੀਆਂ ਵੀਡੀਓ ਚਲਾ ਕੇ ਇੱਕ ਡਰ ਦਾ ਜਿਹੜਾ ਮਾਹੌਲ ਹੈ ਪੰਜਾਬ ਦੇ ਵਿੱਚ ਉਹ ਪੈਦਾ ਕੀਤਾ।
उस तो बाद जिहड़ा अज जिहड़ा प्रोपोगंडा होया शायद किसी की गिरफ्तारी के चक्कर दे विच इत्थे जिहड़ा इकट्ठ नूं रोकना चाहुंदी है असी सरकार नूं खुल्ली चेतावनी दिंदे आ वसदे रहना गा ठीक है असी भी आस करके आए हैंगे असी कोई इत्थे तनखाह ते नहीं आए हैगे वी इहदा वीर दा प्यार लैके आया सानूं जे जहा होया ਤਾਂ ਅਸੀਂ ਜਿਹੜੀ ਆਉਣ ਵਾਲੀ ਵਿਧਾਨ ਸਭਾ ਜਿੱਥੇ ਤੁਸੀਂ ਹੁਣ ਵਿਧਾਨ ਸਭਾ ਦੇ ਵਿੱਚ ਆਉਣਾ ਸੀ ਸਾਰੇ ਜਿੰਨੇ ਦੇ ਸਿੱਧੂ ਦੇ ਪ੍ਰਸ਼ੰਸਕ ਗੀਤ ਇੱਦਾਂ ਹੀ ਵੱਜਦੇ ਰਹਿਣੇ ਨੇ ਅਤੇ ਇੱਦਾਂ ਹੀ ਦਿਲਾਂ ਦੇ ਵਿੱਚ ਵਸਣਾ ਰਹਿਣਾ ਬਾਈ ਨੇ ਠੀਕ ਹੈ ਸੁਣਦੇ ਹਾਂ ਅਤੇ ਜਿੰਨਾ ਚਿਰ ਜਿਉਂਦੇ ਹਾਂ ਸੁਣਦੇ ਰਹਾਂਗੇ।